ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਬਰਨਾਲਾ ਦੇ ਪਿੰਡ ਗੁਮਟੀ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਕਤਲ ਦੀ ਵਜ੍ਹਾ ਘਰੇਲੂ ਝਗੜਾ ਦੱਸੀ ਜਾ ਰਹੀ ਹੈ। ਇਹ ਝਗੜਾ ਇੰਨਾ ਵੱਧ ਗਿਆ ਕਿ ਆਰੋਪੀ ਪਤੀ ਨੇ ਆਪਣੀ 35 ਸਾਲਾ ਪਤਨੀ ਮਨਦੀਪ ਕੌਰ ਦੇ ਗਲ ਵਿੱਚ ਰੱਸੀ ਪਾ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਦੀ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮ੍ਰਿਤਕ ਲੜਕੀ ਦੇ ਪਿਤਾ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੇ ਪਰਿਵਾਰ ਵਿੱਚ ਕਾਫੀ ਸਮੇਂ ਤੋਂ ਘਰੇਲੂ ਝਗੜੇ ਚੱਲਦੇ ਸੀ, ਜਿਸ ਦੇ ਚੱਲਦਿਆਂ ਅਕਸਰ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਲੜਕੀ ਨਾਲ ਮਾਰਕੁੱਟ ਕੀਤੀ ਜਾਂਦੀ ਸੀ, ਜਿਸ ਨੂੰ ਲੈ ਕੇ ਕਈ ਵਾਰ ਪੰਚਾਇਤ ਨੇ ਸਮਝਾਇਆ ਵੀ ਸੀ, ਪਰ ਅੱਜ ਇਹ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਲੜਕੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੇ ਪਿਤਾ ਅਤੇ ਪਿੰਡ ਦੇ ਸਰਪੰਚ ਨੇ ਪੁਲਿਸ ਪਾਸੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸਾਨੂੰ ਤਾਂ ਕੋਈ ਪਤਾ ਨਹੀਂ, ਹੁਣ ਜਦੋਂ ਛੱਦ ਲਿਆ ਜੀ ਉੱਥੋਂ ਮੰਜੇ ਮਰੀ ਪਈ ਦੇਖੀਏ ਜਾ ਕੇ ਮੰਜੇ ਦੇ ਪਾਈ ਪਾਈ ਹੁਣ ਕੀ ਪਤਾ ਕਿਵੇਂ ਕੀ ਕਰਿਆ ਇਹਨਾਂ ਨੇ ਕੀ ਨਾ ਕਰਿਆ। ਕੀ ਲੱਗਦਾ ਤੁਹਾਨੂੰ ਕੀ ਹੋਇਆ? ਕੀ ਕਹਿ ਸਕਦੇ ਹੁਣ ਸਾਨੂੰ ਕੀ ਪਤਾ ਗਲ ਘੁੱਟਿਆ ਵਾ ਹੁਣ ਸਾਨੂੰ ਤਾਂ ਐਵੇਂ ਫਾਹਾ ਦਿੱਤਾ ਇਹਨਾਂ ਨੇ ਜੀ ਹੁਣ ਗਲ ਲੜਿਆ ਉਹਨਾਂ ਫਾਹਾ ਲੱਗਾ ਵੀ ਤੁਹਾਨੂੰ ਵੱਧ ਜਾਂਦੀ ਜੀ ਬਾਹਰ ਨਿਕਲਾਉਂਦੀ ਇੱਥੇ ਇੱਥੇ ਤੁਹਾਨੂੰ ਡਾਕ ਆ। ਪਹਿਲਾਂ ਵੀ ਕੋਈ ਪਹਿਲਾਂ ਹਾਂ ਲੜਦਾ ਝੜਦਾ ਸੀਗਾ ਬਹੁਤ ਚੜਦਾ ਜੀ ਚੱਲ ਜਿਵੇਂ ਕਰਦੇ ਸੀ ਤੋੜ ਦਿੰਦੇ ਜੀ ਮੈਂ ਹੁਣ ਰਲਦਾ ਸੀਗਾ ਐਵੇਂ ਕਹਿੰਦੇ ਗਰੀਬ ਬੰਦਾ। ਇਹ ਜੀ ਕੱਲ੍ਹ ਹੋਇਆ ਗਾ, ਕੱਲ੍ਹ ਇਹ ਲੜਕੀ ਸਾਡੇ ਪਿੰਡ ਬੀਲੇ ਤੋਂ ਵਿਆਹੀ ਹੋਈ ਸੀ ਗੁਮਟੀ। ਹਾਂਜੀ ਹਾਂਜੀ ਗੁਮਟੀ ਉਹਦਾ ਮਰਡਰ ਕਰਤਾ ਜੀ ਉਹ ਸਹੁਰੇ ਪਰਿਵਾਰ ਨੇ। ਕਿਵੇਂ ਕੀਤਾ ਜੀ? ਗਲਾ ਘੁੱਟ ਗਈ ਰੱਸੀ ਨਾ ਪਹਿਲਾਂ ਹੈਗਾ ਜੀ ਕਾਫੀ ਟਾਈਮ ਹੋਇਆ 15-16 ਸਾਲ ਹੋ ਗਏ ਮੈਰਿਜ ਹੋਈ ਨਾ। ਲੜਾਈ? ਹਾਂਜੀ ਲੜਾਈ ਝਗੜਾ ਪਰਿਵਾਰ 'ਚ ਰਹਿੰਦਾ ਸੀ। ਹਾਂਜੀ ਉਹਦਾ ਕਰਕੇ ਕੱਲ੍ਹ ਜਿਹੜਾ ਉਹਨਾਂ ਨੂੰ ਪਤਾ ਲੱਗਿਆ ਵੀ ਕੋਈ ਲੜਾਈ ਹੋਈ ਹੈ ਪਹਿਲਾਂ ਜਦੋਂ ਜਾ ਕੇ ਇਹਨਾਂ ਨੇ ਦੇਖਿਆ ਕੁੜੀ ਦਾ ਮਰਡਰ ਹੋਇਆ ਸੀ ਜੀ। ਉੱਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਲੜਕੀ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। SHO ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਪਿੰਡ ਗੁਮਟੀ ਦੀ ਆ, ਕੱਲ੍ਹ ਸ਼ਾਮ ਨੂੰ ਇਤਲਾਹ ਮਿਲੀ ਸੀਗੀ ਵੀ ਇੱਥੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਤਲਾਹ ਦਿੱਤੀ ਸੀਗੀ ਥਾਣੇ ਆ ਕੇ ਵੀ ਸਾਡੀ ਕੁੜੀ ਨੂੰ ਮਾਰ ਦਿੱਤਾ, ਜੋ ਘਰੇਲੂ ਝਗੜਾ ਰਹਿੰਦਾ ਸੀ ਇਹਨਾਂ ਦਾ ਪਹਿਲਾਂ ਜਦੋਂ 15-16 ਸਾਲ ਤੋਂ ਮੈਰਿਡ ਸੀ ਇੱਥੇ, ਅਤੇ ਘਰੇਲੂ ਝਗੜਾ ਹੋਣ ਕਰਕੇ ਇਹਨਾਂ ਨੂੰ ਇਤਲਾਹ ਦਿੱਤੀ ਪਿੰਡ ਕਿਸੇ ਨੇ ਵੀ ਤੁਹਾਡੀ ਕੁੜੀ ਇੱਥੇ ਪਈ ਆ ਘਰੇ ਇਹਨਾਂ ਦੇ, ਅਤੇ ਜਿਹੜਾ ਇਹਨਾਂ ਨੇ ਜਾ ਕੇ ਦੇਖਿਆ ਦੱਸਿਆ ਆਪਣੇ ਬਿਆਨਾਂ 'ਚ ਲਿਖਾਇਆ ਵੀ ਸਾਡੀ ਕੁੜੀ ਨੂੰ ਇਹਨਾਂ ਨੇ ਮਾਰ ਦਿੱਤਾ ਗਲਾ ਘੁੱਟ ਕੇ। ਘਰੇਲੂ ਲੜਾਈ ਝਗੜਾ ਚੱਲਦਾ ਆਉਂਦਾ ਪੁਰਾਣਾ ਇਹਨਾਂ ਦਾ, ਕਦੇ ਇਹਨਾਂ ਦੇ ਬਿਆਨਾਂ ਮੁਤਾਬਕ ਵੀ ਕੁੜੀ ਨੂੰ ਕੁੱਟਮਾਰ ਕਰਦੇ ਸੀਗੇ ਘਰੋਂ ਭੇਜ ਦਿੰਦੇ ਸੀਗੇ, ਫਿਰ 2-3 ਮਹੀਨਿਆਂ ਬਾਅਦ ਫਿਰ ਲੈ ਕੇ ਆਉਂਦੇ ਸੀ ਆਪ ਹੀ, ਅਤੇ ਘਰੇਲੂ ਮਸਲਾ ਸੀ ਇਹਨਾਂ ਦਾ। ਕੋਈ ਦਹੇਜ ਦਾ ਵੀ ਕੁਝ ਲੱਗਦਾ? ਹਾਂਜੀ ਦਹੇਜ ਦਾ ਵੀ ਕੁਝ ਲੱਗਦਾ? ਨਹੀਂ ਦਹੇਜ ਬਾਰੇ ਕੋਈ ਨਹੀਂ ਲਿਖਾਇਆ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।